ਸ਼ਰੇਆਮ ਬਦਮਾਸ਼ ਕਰ ਰਿਹਾ ਸੀ, ਜਬਰਨ ਵਸੂਲੀ ਅੱਗੋਂ ਹਾਤੇ ਵਾਲੇ ਨੇ ਵੀ ਬੱਕਰਾ ਵੱਢਣ ਵਾਲਾ ਟੋਕਾ ਕੱਢ ਲਿਆ। ਫਿਰ ਦੇਖ ਸਕਦੇ ਹੋ ਕਿਵੇਂ ਇੱਕ ਦੂਜੇ ਨੂੰ ਕੁੱਟ ਰਹੇ ਨੇ ਇਹ ਦੋਨੇ। ਦਰਅਸਲ ਹਾਤੇ ਵਾਲੇ ਦਾ ਇਲਜ਼ਾਮ ਹੈ ਕਿ ਇਹ ਤਸਵੀਰਾਂ ਦੇ ਵਿੱਚ ਦਿਖ ਰਿਹਾ ਜਿਹੜਾ ਨੌਜਵਾਨ ਹੈ, ਇਹ ਉਹਨਾਂ ਦੇ ਹਾਤੇ 'ਤੇ ਜਬਰਨ ਵਸੂਲੀ ਕਰਨ ਆਇਆ ਸੀ ਤਾਂ ਉਸਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਸੇ ਦੇ ਨਾਲ ਉਹ ਲੜਨ ਲੱਗ ਪਿਆ। ਦੇਖ ਸਕਦੇ ਹੋ ਕਿ ਕਿਵੇਂ ਧੱਕੇ ਮੁੱਕੇ ਵੱਜ ਰਹੇ ਨੇ, ਇੱਕ ਦੂਜੇ ਦੇ ਟੋਕੇ ਵੀ ਮਾਰ ਰਹੇ ਨੇ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਦੇ ਜਨਕਪੁਰੀ ਇਲਾਕੇ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਜਬਰਨ ਪੈਸਿਆਂ ਦੀ ਵਸੂਲੀ ਨੂੰ ਲੈ ਕੇ ਇੱਕ ਬਦਮਾਸ਼ ਦੇ ਵੱਲੋਂ ਅਹਾਤਾ ਸੰਚਾਲਕ ਅਤੇ ਮਾਰਕੀਟ ਦੇ ਹੋਰ ਕਈ ਬੰਦਿਆਂ ਨੂੰ ਕੁੱਟਿਆ ਗਿਆ। ਹੋਰ ਇੱਕ ਖੋਖੇ ਵਾਲੇ ਅਤੇ ਇੱਕ ਹੋਰ ਦੁਕਾਨਦਾਰ ਦਾ ਇਲਜ਼ਾਮ ਹੈ ਕਿ ਉਸੇ ਬਦਮਾਸ਼ ਦੇ ਵੱਲੋਂ ਉਹਨਾਂ ਨਾਲ ਵੀ ਕੁੱਟਮਾਰ ਕੀਤੀ ਗਈ। ਉਹ ਜਬਰਨ ਵਸੂਲੀ ਕਰਦਾ ਹੈ ਲੋਕਾਂ ਤੋਂ। ਤਾਂ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇੱਕ ਦੂਜੇ ਦੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ ਜਾ ਰਿਹਾ ਹੈ। ਮਾਰਕੀਟ ਦੇ ਵਿੱਚ ਲੋਕਾਂ ਦੇ ਨਾਲ ਕੁੱਟਮਾਰ ਕਰਦਾ ਹੋਇਆ ਇਹ ਸ਼ਖਸ ਕੈਮਰੇ ਦੇ ਵਿੱਚ ਕੈਦ ਹੋ ਗਿਆ। ਦੱਸ ਦਈਏ ਕਿ ਉੱਥੇ ਹੀ ਹਾਤੇ ਦੇ ਵਿੱਚ ਕੰਮ ਕਰਨ ਵਾਲੀ ਮਹਿਲਾ ਅਤੇ ਮਾਰਕੀਟ ਦੇ ਵਿੱਚ ਪਾਨ ਦਾ ਖੋਖਾ ਲਗਾਉਣ ਵਾਲਾ ਇੱਕ ਸ਼ਖਸ, ਜਿਸ ਦੇ ਵੱਲੋਂ ਇਸੇ ਹੀ ਸ਼ਖਸ 'ਤੇ, ਇਸੇ ਹੀ ਨੌਜਵਾਨ 'ਤੇ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੀ ਵੀ ਕੁੱਟਮਾਰ ਕੀਤੀ ਗਈ ਹੈ। ਇਸ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤਾ ਗਿਆ ਹੈ। ਤਾਂ ਸ਼ਿਕਾਇਤ ਦੇਣ ਤੋਂ ਬਾਅਦ ਇਸ ਨੌਜਵਾਨ ਨੂੰ ਹੁਣ ਕਾਬੂ ਵੀ ਕਰ ਲਿਆ ਗਿਆ ਹੈ। ਇਹ ਜਿਹੜਾ ਬਦਮਾਸ਼ ਬਣ ਰਿਹਾ ਸੀ ਆਪਣੇ ਆਪ ਦੇ ਵਿੱਚ, ਦੇਖੋ ਕਿਵੇਂ ਗਾਲਾਂ ਕੱਢਦਾ ਹੋਇਆ ਅਹਾਤੇ ਦੇ ਮਾਲਕ ਦੀ ਕੁੱਟਮਾਰ ਕਰ ਰਿਹਾ ਹੈ। ਤੁਹਾਡਾ ਤੇ ਕੀ ਮਾਮਲਾ ਹੋਇਆ ਸੀ, ਇਹ ਦੱਸੋ। ਮੇਰਾ ਨਾਮ ਭਾਈ ਲਵਲੀ ਹੈਗਾ ਅਤੇ ਮੈਂ ਟੋਲੇਲ, ਇਹ ਹੀਰਾ ਮਾਰਕੀਟ ਹੈਗੀ, ਇੱਥੇ ਮੇਰਾ ਹਾਤਾ ਲਿੱਤਿਆ ਮੈਂ। ਅੱਜ 10-15 ਦਿਨ ਹੋਏ ਮੈਨੂੰ ਲਿੱਤੇ ਨੂੰ, ਯਾਨੀ ਕਿ ਅਤੇ ਇਹ ਮੁੰਡਾ ਦੁਰਗੀ ਹੈਗਾ, ਅਮਰੇਪੁਰੇ ਰਹਿੰਦਾ ਹੈਗਾ। ਇਹ ਹਫ਼ਤਾ ਪਹਿਲੇ ਵੀ ਆਈ ਸਾਡੇ ਕੋਲ, ਉਦੋਂ ਵੀ ਮੈਨੂੰ ਕਹਿੰਦਾ ਵੀ ਹਾਂ ਵੀ ਕੋਈ ਦੀਵਾਲੀ, ਕੋਈ ਦੁਸ਼ਹਿਰਾ, ਕੋਈ ਲੋੜ ਆ, ਕੋਈ ਲੈਣਾ ਦੇਣਾ ਵੀ ਮੈਨੂੰ ਦੱਸ। ਮੈਂ ਕਿਹਾ ਮੈਂ ਬਾਹਰ ਹੈਗਾ। ਉਦੋਂ ਬਾਅਦ ਜਦੋਂ ਮੈਂ ਆਇਆ ਸ਼ਾਮ ਨੂੰ, ਤੇ ਇਹਨੇ ਮੇਰੇ ਕੋਲ 2000 ਰੁਪਏ ਲਿੱਤਿਆ ਜੀ। 2000 ਰੁਪਏ ਲਿੱਤਿਆ ਮੈਂ ਇੱਥੇ ਠੇਕੇ ਦੇ ਬਾਹਰ ਹੀ। ਉਹਦੀ ਮੇਰੇ ਕੋਲ ਵੀਡੀਓ ਪਈ ਹੈ ਪਰ ਮੈਂ ਉਹ ਦੇ ਨਹੀਂ ਸਕਦਾ। ਅਤੇ ਉਦੋਂ ਬਾਅਦ ਇਹ ਕੱਲ੍ਹ ਫਿਰ ਆਇਆ ਰਾਤੀ, ਦੋਨੋਂ ਹੱਥ ਟੋਕੇ ਫੜੇ ਹੋਏ ਸੀ ਇੱਥੇ ਢਾਬੇ 'ਤੇ ਆਇਆ, ਕਹਿੰਦਾ ਓਏ ਲਿਆ ਪੈਸੇ ਲਿਆ। ਮੈਂ ਗੱਲੇ 'ਤੇ ਖੜ੍ਹਾ ਸੀ ਸਰ, ਉਹਦੀ ਮੇਰੇ ਕੋਲ ਵੀਡੀਓ ਹੈਗੀ ਹੈ, ਠੀਕ ਆ। ਕਿਤੇ ਪੂਰੀ ਮਾਰਕੀਟ 'ਚ ਹੰਗਾਮਾ ਕੀਤਾ ਉਹਨੇ, ਮੈਨੂੰ ਨਹੀਂ ਮਾਰਿਆ, ਪਰਲੀ ਸਾਈਡ 'ਤੇ ਮਾਰਿਆ 2-3 ਜਣੇ ਦੇ, ਅਤੇ ਕਾਫੀ ਬੰਦੇ ਦੇ ਸੱਟਾਂ ਲੱਗੀਆਂ। ਗੱਲ ਨਹੀਂ, ਇਹ ਬਦਮਾਸ਼ ਜਿਹੜਾ ਪੈਸੇ ਮੰਗਦਾ, ਵਸੂਲੀ ਮੰਗਦਾ ਭਾਈ, ਬਦਮਾਸ਼ ਤਾਂ ਆਪਾਂ ਕਹਿ ਨਹੀਂ ਸਕਦੇ, ਪਰ ਇਹ ਥੋੜ੍ਹੇ ਦਿਨ ਤੋਂ ਹੁਣ ਬਦਮਾਸ਼ੀ ਟਾਈਪ 'ਚ ਹੀ ਆ ਗਿਆ। ਨਹੀਂ, ਵਸੂਲੀ ਕਰਨ ਦਾ ਕਾਰਨ ਪਤਾ ਨਹੀਂ ਸਰ, ਇਹ ਐਕਚੁਅਲੀ ਇਹ ਮੈਨੂੰ ਲੱਗਦਾ ਵੀ ਜਿਹੜਾ ਆਪਣਾ ਸੁਣ 'ਚ ਆਇਆ ਨਸ਼ੇ ਬਹੁਤ ਕਰਦਾ ਕਹਿੰਦੇ। ਇਹਦੀ ਤੁਸੀਂ ਦਰਖਾਸਤ ਦਿੱਤੀ ਹੈ ਥਾਣੇ? ਮੈਂ ਇੱਕ ਹਫ਼ਤਾ ਪਹਿਲੇ ਵੀ ਦਿੱਤੀ ਸਰ, ਅਤੇ ਮੈਂ ਰਾਤੀ ਫਿਰ ਐੱਮ ਆਰ ਕਰਾ ਕੇ ਫਿਰ ਦਿੱਤੀ ਦਿੱਤੀ ਦਰਖਾਸਤ। ਇਹ ਆਪਣੀ ਜਨਕਪੁਰੀ ਦਿੱਤੀ ਹੈ ਜੀ। ਪੁਲਿਸ ਆਈ ਸੀਗੀ? ਦੇਖੋ ਜੀ, ਇੱਕ ਹਫ਼ਤਾ ਪਹਿਲੇ ਵੀ ਆਈ ਸੀ, ਉਦੋਂ ਇਹ ਲੱਭਿਆ ਨਹੀਂ ਇਹਨਾਂ ਨੂੰ।
ਤੇ ਕੱਲ ਆਈ ਸੀ, ਕੱਲ ਉਹਨੂੰ ਫੜ ਕੇ ਲੈ ਗਈ ਸੀ। ਅੱਛਾ। ਤੇ ਉਦੋਂ ਬਾਅਦ ਮੈਂ ਆਪਣੀ MR ਸਵੇਰੇ ਦਿੱਤੀ ਉਹਨਾਂ ਨੂੰ, ਤੇ ਮੈਂ ਪੁੱਛਣ ਗਿਆ ਵੀ ਸੀ ਉੱਥੇ, ਕਹਿੰਦੇ ਹਵਾਲਾਤ ਜੇ ਵਿੱਚ ਹੈਗਾ। ਮੈਂ ਕਿਹਾ ਜੀ ਯਾ ਤਾਂ ਉੱਥੇ ਕੋਈ ਮੇਰੀ, ਉਹ ਕਹਿੰਦੇ ਤੁਹਾਡੀ MR ਆਊਗੀ, ਫਿਰ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਅਗਲੀ। ਕੋਈ ਬੰਦਾ ਛੱਡਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਜੀ, ਤੁਸੀਂ ਕਹਿੰਦੇ ਉਹਨੂੰ ਛੱਡਤਾ? ਨਹੀਂ, ਸੁਣਨ 'ਚ ਇੱਦਾਂ ਆ ਰਿਹਾ ਸੀ। ਬਾਕੀ ਦੇਖੋ ਪ੍ਰਸ਼ਾਸਨ ਤੋਂ ਕੀ ਮੰਗਾਂ? ਪ੍ਰਸ਼ਾਸਨ ਤਾਂ ਇਹੀ ਮੰਗ ਹੈ ਜੀ, ਇੱਥੇ ਜੇ ਇੱਦਾਂ ਚੱਲੂਗਾ ਮਾਰਕੀਟ ਦੇ ਵਿੱਚ ਤਾਂ ਕੌਣ ਕਿਹਦੀ ਸੁਣੂਗਾ? ਜਿੱਦਾਂ ਤੁਸੀਂ ਕਿਹਾ ਕਿ ਮੇਰੇ 'ਤੇ ਆ ਕੇ ਹਮਲਾ ਕੀਤਾ? ਹਾਂਜੀ, ਉਹੀ ਸਰ, ਤੁਹਾਨੂੰ ਵੀਡੀਓ ਸਾਈਡ 'ਤੇ ਕਰੋ। ਪਹਿਲਾਂ ਵੀ ਕਿਸੇ 'ਤੇ ਹਮਲਾ ਕੀਤਾ ਉਹਨੇ ਇੱਦਾਂ ਮਾਰਕੀਟ 'ਚ ਕਿਸੇ ਨੇ? ਮਾਰਕੀਟ 'ਚ ਹਫ਼ਤਾ ਪਹਿਲੇ ਵੀ ਇੱਦਾਂ ਕੀਤਾ ਜੀ, ਇੱਕ ਹਫ਼ਤਾ ਪਹਿਲੇ ਵੀ ਇੱਦਾਂ ਕੀਤਾ। ਉੱਧਰੋਂ ਪਰਲੀ ਸਾਈਡ ਤੋਂ ਆਇਆ ਜੀ, ਟੋਕੇ ਟਾਕੇ ਚੱਕ ਕੇ, ਦੋਨੋਂ ਹੱਥਾਂ ਟੋਕੇ ਹੁੰਦੇ ਆ, ਹਟ ਜਾਓ ਇਹ ਮੈਂ ਮਾਰ ਦੂੰਗਾ, ਮੈਂ ਇਹ ਕਰ ਦੂੰਗਾ, ਮੈਂ ਉਹ ਕਰ ਦੂੰਗਾ। ਆਈ ਕਿਹਾ ਸਾਡਾ ਕਸੂਰ ਦੱਸੋ ਕੀ ਹੈਗਾ? ਤੁਹਾਡੇ ਕਿੱਥੇ ਕਿੱਥੇ ਵੱਜੀਆਂ ਸੱਟਾਂ? ਮੇਰੇ ਦੇਖੋ ਜੀ ਇੱਕ ਤਾਂ ਲੱਗੀ ਹੈ, ਠੀਕ ਹੈ, ਇੱਕ ਚਾਕੂ ਇੱਥੇ ਲਾਇਆ ਸੀ ਉਹਨੇ, ਜੋ ਵੀਡੀਓ 'ਚ ਕਲਿੱਪ ਹੈਗਾ, ਠੀਕ ਹੈ ਨਾ, ਦੇਖੋ ਲੱਗਿਆ ਹੋਇਆ ਹੈਗਾ ਨਹੀਂ, ਇੱਕ ਮੇਰੇ ਆਇਆ ਦੇਖੋ ਢੇਡ 'ਤੇ, ਇੱਥੇ ਛੁਰੀ ਲਾਈ ਸੀ ਦੂਜੀ, ਛੁਰੀਆਂ ਵੀ ਦੋਨੋਂ ਹੈਗੀਆਂ, ਅਤੇ ਤੀਜੀ ਮੇਰੇ ਇੱਥੇ ਸਿਰ 'ਤੇ ਪੁੱਠੇ ਟੋਕੇ ਮਾਰਿਆ ਉਹਨੇ, ਅਤੇ ਇੱਕ ਮੇਰੇ ਆ ਦੇਖੋ ਪੈਰ। ਬਾਅਦ 'ਚੋਂ ਕਰਦੇ ਯਾਰ ਖੜ ਕੇ ਬੋਲਦਾ ਜੀ। ਅਸੀਂ ਗੋਕਰ ਲੈ ਗਏ, ਅਸੀਂ ਹੱਥੇ 'ਚ ਕੰਮ ਕਰਦੇ ਹੈਗੇ, ਹੈ ਕਿ ਨਹੀਂ? ਤੋ ਅਸੀਂ ਟਾਈਮ ਪਾਸ ਕਰ ਰਹੇ, ਬੱਚੇ ਛੋਟੇ ਛੋਟੇ, ਤੋ ਆ ਕੇ ਲੂਟ ਮਾਰ ਕਰਦਾ ਹੈਗਾ। ਅਸੀਂ ਕਹਿੰਦੇ ਗੇ ਹਫ਼ਤਾ ਦੇ, ਅਸੀਂ ਹਫ਼ਤਾ ਨਹੀਂ ਦੇਊਗਾ ਤਾਂ ਅਸੀਂ ਮਾਰਾਂਗੇ। ਇਹ ਹੈਗਾ ਦੁਰਗੀ ਨਾਮ ਹੈਗਾ ਸਰ, ਤੋ ਕਦੇ ਟੋਕੇ ਲੈ ਕੇ ਆਉਂਦਾ, ਕਦੇ ਸਰੀਏ 'ਤੇ ਮਾਰਦਾ ਹੈਗਾ, ਤਾਂ ਇਹ ਗੱਲ ਥੋੜ੍ਹੀ ਹੋ ਗਈ। ਅਸੀਂ ਰਿਪੋਰਟ ਵੀ ਲਿਖਾ ਕੇ ਆਏ, ਤੋ ਸੁਣਾਈ ਕੁਛ ਕਰਦੇ ਕੁਛ ਨਹੀਂ ਕਰਦੇ ਗੇ, ਬਸ ਇਹ ਗੱਲ। ਹਾਂਜੀ, ਪ੍ਰਸ਼ਾਸਨ ਤੋਂ ਕੀ ਮੰਗ ਹੈ? ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਬਸ ਅਸੀਂ ਹੈ ਕਿ ਬਈ ਉਹਨੂੰ ਕੁਛ ਸਜ਼ਾ ਦਿਓ, ਕੁਛ ਉਹਨੂੰ ਡਾਲੋ, ਕਈ ਕੁਛ ਕਰੋ, ਹੈ ਕਿ ਨਹੀਂ? ਅਸੀਂ ਮਾਰ, ਅਸੀਂ ਪੂਰੀ ਮਾਰਕੀਟ ਹੀ ਪਰੇਸ਼ਾਨ ਹੈ। ਮਤਲਬ ਨਹੀਂ, ਕੱਲ ਮਾਰਕੀਟ ਕੀਤੀ, ਪੈਸੇ ਦੀ ਮੰਗ ਕਰਦਾ ਸੀ। ਹਾਂਜੀ ਹਾਂਜੀ, ਕੱਢ ਕੇ ਲੈ, ਗੱਲ ਤਾਂ ਸੁਣ ਲਓ, ਪੈਸੇ ਵੀ ਕੱਢ ਕੇ ਲੈ ਗਏ? ਹਾਂਜੀ ਹਾਂਜੀ, ਗੱਲੇ ਵਿੱਚ ਕੱਢ ਕੇ ਲੈ ਗਏ, 300-400-500 ਰੁਪਏ ਤੇ ਗੱਲੇ। ਚਲੋ ਠੀਕ ਹੈ ਕਿ ਨਹੀਂ ਸਰ? ਆਓ ਅੰਕਲ, ਦਰੋ ਕੰਮ ਤੁਹਾਡਾ? ਆਰਤੀ ਪਾਨ, ਆਰਤੀ ਕੇ ਦੁਕਾਨ ਹੈ, ਪਾਨ ਭੰਡਾਰ ਕੇ ਨਾਮ ਸੇ। ਨਾਮ ਕਿਆ ਹੈ? ਰਾਮਪਾਲ। ਅੱਛਾ ਰਾਮਪਾਲ ਜੀ, ਕਿਆ ਮੈਟਰ ਹੋਇਆ ਥਾ ਆਪਕੇ ਸਾਥ? ਇਹ ਰਾਤ ਕੇ ਟਾਈਮ ਇਧਰ ਸੇ ਟੋਕਾ ਲੈ ਕੇ ਗਿਆ, ਮੇਰੇ ਦੁਕਾਨ ਪੇ ਮਾਰਾ, ਮੇਰਾ ਸਿਖਰ ਸੁਖਰ ਸਾਰਾ ਖਿੜ ਗਿਆ। ਅੱਛਾ। ਫਿਰ ਟੋਕਾ ਲੈ ਕੇ ਆ ਗਿਆ, ਚਲਾ ਗਿਆ, ਫਿਰ ਉਧਰ ਸੇ ਮੁੜ ਕੇ ਆਇਆ, ਮੈਂ ਸਾਰੇ ਕੋ ਵੱਢ ਦੇਣਾ ਹੈ, ਸਾਰੇ ਕੋ ਵੱਢ ਦੇਣਾ ਹੈ, ਸਾਰੇ ਕੋ ਮਾਰ ਦੇਣਾ ਹੈ। ਉਸਕੇ ਬਾਅਦ ਮੈਂ ਯਹਾਂ ਸਰ ਮੇ ਲਗਾਇਆ, ਔਰ ਇਧਰ ਜੋ ਹੈ ਯੇ ਇਧਰ ਟਾਂਗ ਮੇ ਲਗਾਇਆ। ਅੱਛਾ। ਲਗਾਇਆ ਨਹੀਂ, ਕੋਈ ਨਹੀਂ, ਜ਼ਿਆਦਾ ਜ਼ਿਆਦਾ ਆਖ ਮੇ ਥੋੜ੍ਹਾ ਸਾ ਨਿਸ਼ਾਨ ਲਗਾ। ਮਾਰਨੇ ਕਾ ਕਾਰਨ? ਕੋਈ ਕਾਰਨ ਨਹੀਂ, ਕੋਈ ਵਜ੍ਹਾ ਸਰ ਨਹੀਂ। ਕੋਈ ਮੰਗ ਕਰਤਾ? ਨਸ਼ੇ ਕਰਕੇ ਫਿਰ ਰਿਹਾ ਹੋਤਾ ਹੈ, ਮੰਗ ਮੂੰਗ ਕੋਈ ਨਹੀਂ, ਬਸ ਸਾਰੇ ਕੋ ਮਾਰ ਦੇਣਾ, ਸਾਰੇ ਕੋ ਵੱਢ ਦੇਣਾ। ਇਕੱਲਾ ਹੀ ਹੁੰਦਾ ਇਹਦੇ ਨਾਲ? ਹੋਰ ਵੀ ਹੁੰਦੇ ਮੁੰਡੇ ਦੇ? ਇਕੱਲਾ। ਪ੍ਰਸ਼ਾਸਨ ਨੇ ਕਿਆ ਮੰਗ ਹੈ? ਪ੍ਰਸ਼ਾਸਨ ਸੇ ਇਹੀ ਮੰਗ ਹੈ ਕਿ ਇਸਕੇ ਖਿਲਾਫ ਕੋਈ ਕਾਰਵਾਈ ਕੀਆ ਜਾਏਗੀ, ਤਾਂ ਕਿ ਹਮ ਲੋਕ ਸੁਰੱਖਿਅਤ ਰਹਿ ਸਕੇ, ਆਪਣੀ ਰੋਜ਼ੀ ਰੋਟੀ ਚਲਾ ਸਕੇ, ਆਪਣੇ ਬੱਚੇ ਪਾਲ ਸਕੇ। ਕੱਲ੍ਹ ਰਾਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਹੱਥ ਵਾਲੇ ਨੂੰ ਹਥਿਆਰਾਂ ਦੀ ਨੋਕ ਦੇ ਉੱਤੇ ਉਹਦੇ ਕੋਲੋਂ ਕੋਈ ਪੈਸੇ ਦੀ ਗੱਲ ਕਰ ਰਿਹਾ, ਕੋਈ ਲੈਣ ਦੇਣ ਦੀ ਗੱਲ ਕਰ ਰਿਹਾ, ਅਤੇ ਜਦੋਂ ਅਸੀਂ ਦੁਕਾਨਦਾਰ ਨਾਲ ਗੱਲ ਕੀਤੀ, ਹੱਥੇ ਵਾਲੇ ਨਾਲ ਗੱਲ ਕੀਤੀ, ਤਾਂ ਉਸਦਾ ਕਹਿਣਾ ਸੀਗਾ ਵੀ ਇਹ ਹਫ਼ਤਾ ਵਸੂਲੀ ਕਰਦਾ ਹੈ ਅਤੇ ਨਸ਼ੇ ਦੇ ਵਿੱਚ ਧੁੱਤ ਹੋ ਕੇ ਅਤੇ ਇਸੇ ਤਰ੍ਹਾਂ ਹੀ ਦੁਕਾਨਦਾਰਾਂ ਨੂੰ ਆਣ ਕੇ ਡਰਾਉਂਦਾ ਧਮਕਾਉਂਦਾ ਹੈ ਅਤੇ ਸੱਟ ਪੇਟ ਵੀ ਮਾਰ ਦਿੰਦਾ ਆ। ਅਤੇ ਇਸ ਸੰਬੰਧ ਦੇ ਵਿੱਚ ਜਦੋਂ ਅਸੀਂ ਚੌਂਕੀ ਜਨਕਪੁਰੀ ਵਿੱਚ ਚੌਂਕੀ ਇੰਚਾਰਜ ਬਲਕੌਰ ਸਿੰਘ ਨਾਲ ਗੱਲਬਾਤ ਕਰਨ ਚਾਹੀ ਤਾਂ ਉਹ ਮੌਕੇ 'ਤੇ ਮੌਜੂਦ ਨਹੀਂ ਸੀ, ਪਰ ਉਹਨਾਂ ਨਾਲ ਫੋਨ 'ਤੇ ਜੋ ਗੱਲਬਾਤ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਇਹ ਥਾਣਾ ਮੋਤੀ ਨਗਰ ਦੇ ਏਰੀਆ ਦਾ ਮਾਮਲਾ ਹੈ, ਕਿਉਂਕਿ ਹੱਦਬੰਦੀ ਦੇ ਵਿੱਚ ਹੀ ਫਸੀ ਹੋਈ ਹੈ ਪੁਲਿਸ। ਫਿਰ ਵੀ ਜਨਕਪੁਰੀ ਚੌਂਕੀ ਇੰਚਾਰਜ ਨੇ ਕਿਹਾ ਆ ਵੀ ਇਹ ਹੱਥ ਦੇ ਉੱਤੇ ਹੀ ਕੰਮ ਕਰਦਾ ਸੀਗਾ ਬੰਦਾ,
ਇਹਨਾਂ ਦਾ ਆਪਸੀ ਕੋਈ ਲੈਣ ਦੇਣ ਹੈ, ਕੋਈ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈ ਵੀ ਜਿਹੜੀ ਹਫ਼ਤਾ ਵਸੂਲੀ ਦੀ ਆ, ਪਰ ਆਪਾਂ ਵੀਡੀਓ ਦੇ ਵਿੱਚ ਦੇਖ ਸਕਦੇ ਹਾਂ ਸ਼ਰੇਆਮ ਜਿਹੜੇ ਹਥਿਆਰ ਉਹ ਲਹਿਰਾਏ ਜਾ ਰਹੇ ਨੇ, ਅਤੇ ਜਿਹੜੀ ਸੱਟਪੇਟ ਦੀ ਜਾਣੀ ਕਿ ਵੀਡੀਓ ਸੀਗੀ ਸਾਰੇ ਪਾਸੇ ਇਹੀ ਵੀਡੀਓ ਘੁੰਮ ਰਹੀ ਅਤੇ ਇਹਦੀ ਚਰਚਾ ਵੀ ਹੋ ਰਹੀ ਹੈ। ਹੁਣ ਦੇਖਣਾ ਇਹ ਹੋਏਗਾ ਵੀ ਹੱਦਬੰਦੀ ਦੇ ਵਿੱਚ ਫਸੀ ਪੁਲਿਸ ਆਰੋਪੀਆਂ ਦੇ ਖਿਲਾਫ਼ ਕੀ ਕਾਰਵਾਈ ਕਰਦੀ ਹੈ। ਹੈਲੋ, ਹਾਂਜੀ ਬਲੌਰ ਜੀ, ਸਤਿ ਸ਼੍ਰੀ ਅਕਾਲ। ਅੱਛਾ ਜੀ, ਭਾਅ ਜੀ ਪ੍ਰਦੀਪ ਭੰਡਾਰੀ ਬੋਲ ਰਿਹਾ ਨਿਊਜ਼ 18 ਚੈਨਲ ਤੋਂ। ਜੀ ਜੀ ਭਾਅ ਜੀ, ਇੱਕ ਇੱਥੇ ਹਾਤੇ ਦੇ ਵਿੱਚ ਕੋਈ ਰਾਤੀ ਕੋਈ ਹਫ਼ਤਾ ਵਗੈਰਾ ਮੰਗ ਰਿਹਾ ਸੀਗਾ, ਕੋਈ ਵੀਡੀਓ ਵੀ ਉਹਦੀ ਵਾਇਰਲ ਹੋ ਰਹੀ ਹੈ ਕਾਫ਼ੀ, ਉਹਦੇ ਵਿੱਚ ਕੀ ਕਾਰਵਾਈ ਕੀਤੀ ਹੈ ਸਰ? ਹਫ਼ਤਿਆਂ ਤੋਂ ਮੈਂ ਸਾਹਮਣੇ ਨਹੀਂ ਆਈ ਕਿ ਝਗੜਾ ਹੋਇਆ ਸੀ ਕੱਲ੍ਹ ਮੋਤੀ ਰੱਖ ਦੇ ਏਰੀਏ 'ਚ। ਅੱਛਾ ਜੀ, ਹਾਂ ਕੋਈ ਇੱਦਾਂ ਨਹੀਂ ਜਿੱਦਾਂ ਦੀ ਗੱਲ ਸਾਹਮਣੇ ਆਈ ਕੋਈ? ਓਕੇ, ਵੀਡੀਓ ਵਾਇਰਲ ਹੋ ਰਹੀ ਸਰ, ਉਹਦੇ ਵਿੱਚ ਸ਼ਰੇਆਮ ਉਸੇ ਦੁਕਾਨਦਾਰ ਦੇ ਕੋਲ ਹਾਤੇ ਵਾਲੇ ਦੇ ਕੋਲ। ਮੈਂ ਦੱਸਦਾ ਜੀ ਤੁਹਾਨੂੰ, ਉੱਥੇ ਕੰਮ ਕਰਦੇ ਸਾਰੇ ਇਕੱਠੇ ਨੇ ਇਹ। ਅੱਛਾ ਜੀ, ਹਫ਼ਤਾ ਵਸੂਲੀ ਵਾਲੀ ਤਾਂ ਗੱਲ ਨਾ ਸਾਹਮਣੇ ਆਈ ਹੈ ਨਾ ਹੈਗੀ ਆ। ਅੱਛਾ, ਨਹੀਂ ਹੋਰ ਸਾਨੂੰ ਬਿਆਨ ਦਿੱਤੇ ਆ ਜੀ ਵੀ ਉਹ ਵੀ ਹਫ਼ਤਾ ਵਸੂਲੀ ਕਰ ਰਹੇ। ਬਿਆਨ ਦਿੱਤੇ ਵੱਖਰੀ ਗੱਲ ਆ, ਇਹਨਾਂ ਦੇ ਆਪ 'ਚ ਕੋਈ ਹੋਊਗੀ ਤਾਂ ਹਫ਼ਤੇ ਵਸੂਲੀ ਵਾਲੀ ਗੱਲ ਸਾਹਮਣੇ ਆਈ ਆ, ਨਾ ਕੋਈ ਇੱਦਾਂ ਦੀ ਗੱਲ ਹੈਗੀ ਆ। ਠੀਕ ਹੈ, ਇਹ ਠੀਕ ਹੈ, ਇਹਨਾਂ ਦੇ ਇਕੱਠੇ ਕੰਮ ਕਰਦੇ ਨੇ ਤਾਂ ਝਗੜਾ ਜ਼ਰੂਰ ਹੋਇਆ। ਅੱਛਾ ਜੀ, ਢੋਲੇ ਪੁਲ ਤੇ। ਚਲੋ ਫਿਰ ਪੁਲਿਸ ਕੀ ਕਾਰਵਾਈ ਕਰ ਰਹੀ ਸਰ? ਮੈਂ ਜਿਹੜੀ ਜਿਹੜੀ ਬੰਦੀ ਜੀ ਮੈਨੂੰ ਇਹਨਾਂ ਨੇ ਦੇ ਗਿਆ, ਜਿਹੜੀ ਮੁਕਤੀ ਰੱਖਦਾ ਮੁਕਤੀ ਰੱਖਦਾ ਕਰ ਲਾਂਗੇ, ਜਿਹੜੀ ਸਾਡੇ ਵੱਲ ਹੋਈ ਅਸੀਂ ਕਰ ਲਾਂਗੇ। ਚਲੋ ਠੀਕ ਹੈ ਸਾਹਿਬ।